ਖਬਰਾਂ ਦੀ ਸ਼ੁਰੂਆਤ ਅਹਿਮ ਖਬਰ ਤੋਂ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਜੰਡੋਲੀ ਦੇ ਘਰ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਤੋਂ ਬਾਅਦ ਸਾਰਾ ਮਕਾਨ ਹੀ ਢਹਿ ਢੇਰੀ ਹੋ ਗਿਆ, ਘਰ ਦੀਆਂ ਛੱਤਾਂ ਤੱਕ ਉੱਡ ਗਈਆਂ। ਧਮਾਕੇ ਦੇ ਵਿੱਚ 11 ਸਾਲਾ ਬੱਚੀ ਦੀ ਮੌਤ ਹੋਣ ਦੀ ਵੀ ਸੂਚਨਾ ਸਾਹਮਣੇ ਆਈ ਹੈ। ਦੱਸਿਆ ਹੋ ਗਿਆ ਕਿ ਰਾਜਪੁਰਾ ਦੇ ਨਜ਼ਦੀਕੀ ਪਿੰਡ ਜੰਡੋਲੀ ਦੇ ਵਿੱਚ ਸਥਿਤ ਇੱਕ ਘਰ ਦੇ ਵਿੱਚ ਇਹ ਧਮਾਕਾ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਘਰ ਦੇ ਵਿੱਚ ਨਜਾਇਜ਼ ਰੂਪ ਨਾਲ ਪਟਾਕੇ ਬਣਾਏ ਜਾ ਰਹੇ ਸਨ। ਧਮਾਕੇ ਦੇ ਵਿੱਚ ਇੱਕ 11 ਸਾਲਾ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 3 ਹੋਰ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਅਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਅਸੀਂ ਪਿੰਡ ਜੰਡੋਲੀ ਇਸ ਟਾਈਮ ਜਿਸ ਜਗ੍ਹਾ ਤੇ ਹਾਦਸਾ ਹੋਇਆ ਆਪਣੀ ਬੈਕ ਸਾਈਡ ਤੇ ਉੱਥੇ ਖੜੇ ਹਾਂ। ਇਹ ਕ੍ਰਿਸ਼ਨ ਕੁਮਾਰ ਹੈ, ਉਹਨਾਂ ਦਾ ਘਰ ਹੈ ਇੱਥੇ। ਇਹਨਾਂ ਦੇ ਘਰ ਦੇ ਵਿੱਚ ਅੱਜ ਸਵੇਰੇ 10:30 ਵਜੇ ਇੱਕ ਐਕਸਪਲੋਜਨ ਹੋਇਆ, ਬਲਾਸਟ ਹੋਇਆ ਤੇ ਜੋ ਸਾਨੂੰ ਜਿਹੜੀ ਇਨੀਸ਼ੀਅਲ ਇਨਫੋਰਮੇਸ਼ਨ ਆਈ ਸੀ ਉਹ ਇਹ ਆਈ ਸੀ ਵੀ ਕੋਈ ਸਿਲੰਡਰ ਫਟਿਆ। ਹੁਣ ਅਸੀਂ ਮੌਕੇ ਤੇ ਪਹੁੰਚੇ ਹਾਂ, ਮੈਂ ਵੀ ਇੱਥੇ ਮੌਕੇ ਤੇ ਹਾਂ ਤੇ ਮੇਰੇ ਨਾਲ SHO ਮੌਕੇ ਤੇ ਨੇ ਤੇ SDM ਸਾਹਿਬ ਮੌਕੇ ਤੇ ਨੇ। ਅਸੀਂ ਅਜੇ ਐਗਜ਼ਾਮਿਨ ਕਰ ਰਹੇ ਹਾਂ ਮੌਕੇ ਨੂੰ ਤੇ ਅਸੀਂ ਆਪਣੀਆਂ FSL ਟੀਮਸ, ਅਸੀਂ ਹੋਰ ਆਪਣੀਆਂ ਫੋਰੈਂਸਿਕਸ ਟੀਮਸ ਕਾਲ ਕਰ ਲਈਆਂ ਹੋਈਆਂ। ਜਿਹੜੀ ਇਸ ਟਾਈਮ ਤੱਕ ਇੱਕਦਮ ਪਹਿਲੀ ਨਜ਼ਰੇ ਚੀਜ਼ ਨਜ਼ਰ ਆ ਰਹੀ ਹੈ ਉਹ ਇਹ ਆ ਰਹੀ ਹੈ ਜਿਸ ਤਰ੍ਹਾਂ ਕੋਈ ਪਟਾਕਿਆਂ ਦੀ ਮੈਨੂੰ ਪਟਾਕਿਆਂ ਨੂੰ ਕੁਛ ਰੀਮੋਡਲ ਕਰ ਰਹੇ ਹਾਂ ਜਾਂ ਬਿਲਡ ਕਰ ਰਹੇ ਹਾਂ ਜਾਂ ਬਣਾ ਰਹੇ ਨੇ, ਕੋਈ ਪਟਾਕਿਆਂ ਦਾ ਇਹ ਬਲਾਸਟ ਹੈ। ਬਟ ਅਜੇ ਇਹ ਬਹੁਤ ਜਲਦੀ ਹੋਊਗਾ ਮੈਨੂੰ ਤੁਹਾਨੂੰ ਦੱਸਣਾ, ਅਜੇ ਸਾਨੂੰ ਇਨਕੁਆਇਰ ਕਰਨ ਦਿਓ, ਇਨਵੈਸਟੀਗੇਟ ਕਰਨ ਦਿਓ, ਫਿਰ ਤੁਹਾਨੂੰ ਸਾਰੇ ਫੈਕਟ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਮੌਜੂਦਾ ਕੋਵਿਡ ਪਾਬੰਦੀਆਂ ਦੇ ਵਿੱਚ 30 ਸਤੰਬਰ ਤੱਕ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਨੇ। ਹਰ ਪ੍ਰਕਾਰ ਦੀ ਭੀੜ, ਸਿਆਸੀ ਇਕੱਠਾਂ ਦੇ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦੀ ਗਿਣਤੀ 300 ਤੱਕ ਤੈਅ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਨੂੰ ਵੀ ਸਖ਼ਤੀ ਦੇ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਨੇ। ਮੁੱਖ ਮੰਤਰੀ ਨੇ ਸਮੂਹ ਪ੍ਰਬੰਧਕਾਂ, ਸਿਆਸੀ ਧਿਰਾਂ ਸਮੇਤ ਲਈ ਇਹ ਲਾਜ਼ਮੀ ਕਰਾਰ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਯਕੀਨੀ ਬਣਾਇਆ ਜਾਵੇ ਕਿ ਤਿਉਹਾਰਾਂ ਦੇ ਨਾਲ ਸੰਬੰਧਿਤ ਸਮਾਗਮਾਂ ਮੌਕੇ ਲਾਏ ਜਾਣ ਵਾਲੇ ਖਾਣੇ ਦੇ ਸਟਾਲਾਂ ਆਦਿ ਵਿਖੇ ਤਾਇਨਾਤ ਸਟਾਫ, ਮੈਨੇਜਮੈਂਟ ਅਤੇ ਸ਼ਿਰਕਤ ਕਰਨ ਵਾਲਿਆਂ ਨੇ ਪੂਰਨ ਤੌਰ ਤੇ ਟੀਕਾਕਰਨ ਕਰਾਇਆ ਹੋਵੇ ਜਾਂ ਘੱਟੋ ਘੱਟ ਇੱਕ ਟੀਕਾ ਲਗਵਾਇਆ ਹੋਵੇ। ਤਿਉਹਾਰਾਂ ਨੂੰ ਵੇਖਦੇ ਹੋਏ ਲਗਾਤਾਰ ਚੌਕਸੀ ਰੱਖਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਇਸ ਸੰਬੰਧ ਵਿੱਚ ਮਿਸਾਲ ਪੇਸ਼ ਕਰਨ ਦੇ ਲਈ ਕਿਹਾ ਹੈ ਅਤੇ ਇਸ ਦੇ ਨਾਲ ਹੀ DGP ਨੂੰ ਨਿਰਦੇਸ਼ ਦਿੱਤੇ ਨੇ ਕਿ ਪਾਬੰਦੀਆਂ ਦੀ ਪਾਲਣਾ ਸਭਨਾਂ ਦੁਆਰਾ ਯਕੀਨੀ ਬਣਾਈ ਜਾਏ। ਭਾਰਤ ਵਿੱਚ ਕੋਰੋਨਾ ਸੰਕਰਮਣ ਦੇ ਤੇਜ਼ੀ ਦੇ ਨਾਲ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਇੱਕ ਵਾਰ ਫਿਰ ਤੀਜੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮਹਾਰਾਸ਼ਟਰ ਅਤੇ ਕੇਰਲ ਦੇ ਵਿੱਚ ਜਿਸ ਗਤੀ ਦੇ ਨਾਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ ਉਸ ਨੂੰ ਵੇਖਣ ਤੋਂ ਬਾਅਦ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਵਧਦੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਪਿਛਲੇ 24 ਘੰਟਿਆਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਮਹਾਰਾਸ਼ਟਰ ਦੇ ਵਿੱਚ ਕੋਰੋਨਾ ਦੇ 4,154 ਨਵੇਂ ਮਾਮਲੇ ਸਾਹਮਣੇ ਆਏ ਨੇ, ਜਦੋਂ ਕਿ ਕੇਰਲ ਦੇ ਵਿੱਚ 25,010 ਨਵੇਂ ਮਾਮਲੇ ਸਾਹਮਣੇ ਆਏ ਨੇ। ਇਹੀ ਕਾਰਨ ਹੈ ਕਿ ਹੁਣ ਕੇਂਦਰ ਸਰਕਾਰ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਕੋਈ ਢਿੱਲ ਨਹੀਂ ਵਰਤੀ ਜਾ ਸਕਦੀ। ਸਿਹਤ ਮੰਤਰਾਲੇ ਦੇ ਅੰਕੜਿਆਂ ਤੇ ਜੇਕਰ ਨਜ਼ਰ ਮਾਰੀਏ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ 33,376 ਨਵੇਂ ਮਾਮਲੇ ਸਾਹਮਣੇ ਆਏ ਨੇ, ਜਦੋਂ ਕਿ 380 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਮੀਨੀ ਵਿਵਾਦ ਦੀਆਂ ਖਬਰਾਂ ਤੁਸੀਂ ਅਕਸਰ ਹੀ ਸੁਣਦੇ ਤੇ ਵੇਖਦੇ ਰਹਿੰਦੇ ਹੋ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਮਾਲੋ ਮਾਜਰਾ ਦੇ ਵਿੱਚ, ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ, ਰਿਸ਼ਤਿਆਂ ਨੂੰ ਤਾਰ ਤਾਰ ਕੀਤਾ ਗਿਆ ਹੈ। ਸਕੇ ਭਰਾਵਾਂ ਨੇ ਆਪਣੀਆਂ ਹੀ ਸਕੀਆਂ ਭੈਣਾਂ ਤੇ ਚਲਾਈਆਂ ਨੇ। ਇਸ ਫਾਇਰਿੰਗ ਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਭਾਵੇਂ ਬਚਾਅ ਹੋ ਗਿਆ, ਪਰ ਦੋਵੇਂ ਸਕੀਆਂ ਭੈਣਾਂ ਇਸ ਫਾਇਰਿੰਗ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਨੇ। ਇਸ ਮਾਮਲੇ ਨੂੰ ਲੈ ਕੇ ਥਾਣਾ ਪਟਿਆਲਾ ਦੀ ਪੁਲਿਸ ਅਤੇ SP ਪਲਵਿੰਦਰ ਚੀਮਾ ਮੌਕੇ ਤੇ ਪਹੁੰਚੇ, ਜਿੱਥੇ ਉਹਨਾਂ ਮੌਕੇ ਦਾ ਜਾਇਜ਼ਾ ਲੈਂਦਿਆਂ ਇਸ ਫਾਇਰਿੰਗ ਦੇ ਵਿੱਚ ਜ਼ਖਮੀ ਹੋਈਆਂ ਦੋਵੇਂ ਭੈਣਾਂ ਦੇ ਬਿਆਨਾਂ ਦੇ ਆਧਾਰ ਤੇ ਉਕਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਕੀ ਗੱਲ ਹੋਈ, ਕਿੱਥੇ ਰਹਿੰਦੇ? ਅਸੀਂ ਪਿੰਡ ਮਾਲੋ ਮਾਜਰੇ ਚ ਰਹਿੰਦੇ। ਕੀ ਗੱਲ ਹੋਈ ਜੀ? ਉਹ ਜ਼ਮੀਨ ਦਾ ਚੱਲਦਾ ਸੀ ਸਾਡਾ, ਜ਼ਮੀਨ ਦਾ ਕੇਸ ਜਿੱਤੇ ਮੈਂ 7ਵੇਂ ਮਹੀਨੇ ਦੀ 28 ਤਰੀਕ ਨੂੰ। ਪਹਿਲਾਂ ਤਾਂ ਇਹਨਾਂ ਨੇ ਗੱਡੀ ਦੀ ਫੇਟ ਮਰਾ ਕੇ ਬਚ ਗਿਆ ਸੀ। ਹੁਣ ਰਾਤ ਨੂੰ 2:30 ਵਜੇ ਖੁਦ ਆਪ ਗੋਲੀ ਲੈ ਕੇ ਆਇਆ ਮੇਰਾ ਭਰਾ ਦਲਵਿੰਦਰ। ਉਹਨੇ 4-5 ਮੇਰੀ ਭੈਣ ਦੇ ਮਾਰੀਆਂ, 2 ਮੇਰੇ ਮਾਰ ਗਏ, 1 ਮੈਂਟੇ ਚੱਲ ਕੇ ਗਲੀ 'ਚ। ਜ਼ਮੀਨ ਮੰਗਦੇ ਅਸੀਂ ਮਨਾ ਕਰਤਾ ਵੀ ਅਸੀਂ ਰੋਟੀ ਕਿੱਥੋਂ ਖਾਵਾਂਗੇ। ਇਹਨੇ ਪਹਿਲਾਂ ਐਕਸੀਡੈਂਟ ਕਰਾਇਆ, ਉਹ 'ਚ ਮਾਰਨ ਦੀ ਕੋਸ਼ਿਸ਼ ਕੀਤੀ, ਅਸੀਂ ਬਚ ਗਏ।
ਅਤੇ ਹੁਣ ਰਾਤ ਨੂੰ 2:30 ਵਜੇ ਰਿਵੋਲਵਰ ਲੈ ਕੇ ਆ ਗਿਆ ਜੀ। ਉਹਨੇ 5-4 ਮਾਰੀਆਂ, ਮੈਂ ਥੋੜ੍ਹੀ ਜਿਹੀ ਓਟ 'ਚ ਹੋ ਗਈ, ਮੇਰੇ 2 ਲੱਗੀਆਂ, ਫਿਰ ਭੱਜ ਗਿਆ ਜੀ। ਕਿਸ ਤਰ੍ਹਾਂ ਕੋਈ ਥਾਣੇ ਪਹਿਲਾਂ ਵੀ ਕੰਪਲੇਂਟ ਕਰ ਰਹੀ ਤੁਸੀਂ? ਬਹੁਤ ਕੰਪਲੇਂਟਾਂ ਕਰਾਈਆਂ ਹੋਈਆਂ ਨੇ ਮੈਨੇ, ਮੇਰਾ ਹੌਸਲਾ ਵੀ ਜਮ੍ਹਾਂ ਕਰਾਉਣ ਨੂੰ ਕਿਹਾ, ਪੁਲਿਸ ਮੇਰੀ ਜਮੀ ਸੁਣਵਾਈ ਨਹੀਂ ਸੁਣ ਰਹੀ। ਕਿਹੜਾ ਥਾਣਾ ਪਹਿਲਾਂ ਤੁਹਾਨੂੰ? ਅਸੀਂ ਥਾਣਾ। ਕੀ ਕਹਿੰਦੇ ਪੁਲਿਸ ਵਾਲੇ, ਕੀ ਕਹਿੰਦੇ ਤੁਹਾਨੂੰ? ਪੁਲਿਸ ਵਾਲੇ ਤਾਂ ਕੁਛ ਨਹੀਂ ਬੋਲਦੇ ਜੀ। ਕਰਨਗੇ ਪ੍ਰੈਸ਼ਰ ਆ ਜਾਂ ਕੋਈ ਹੋਰ ਕਰਨ? ਪ੍ਰੈਸ਼ਰ ਰਾਜਵਿੰਦਰ ਦੀ ਘਰ ਵਾਲੀ ਦਾ। ਉਹ ਕੋਣ ਹੈ ਜੀ? ਐਮਐਲਏ ਰਾਜਵਿੰਦਰ। ਅੱਛਾ, ਰਾਜਿੰਦਰ ਸਰ। ਰਾਜਿੰਦਰ ਕੋਲ ਕਿਹੜੇ ਗਲੇ ਜੇ ਕਿਹੜੇ ਸ਼ਹਿਰ ਦੀ ਹੈ ਐਮਐਲਏ? ਠੀਕ ਹੈ ਜੀ। ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਤੁਸੀਂ? ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਹੋ? ਸਾਨੂੰ ਹੱਕ ਮਿਲਣਾ, ਸਾਡੀ ਜ਼ਮੀਨ ਨਾ ਜਾਵੇ, ਨਾ ਸਾਨੂੰ ਮਾਰਨ, ਸਾਨੂੰ ਤਾਂ ਮਾਰੇ ਗਿਆ ਰਾਤ ਇੱਕ ਤਰ੍ਹਾਂ ਦਾ। ਜਿਹੜੇ ਤੁਹਾਡੇ ਜਿਹੜੇ ਤੁਹਾਡੇ ਦੂਸਰੇ ਸਿਸਟਰ ਆ, ਉਹਨਾਂ ਦੀ ਹਾਲਤ ਕਿਵੇਂ ਹੁਣ? ਅਜੀ ਬਿਲਕੁਲ ਨਾ ਠੀਕ ਹੈ ਸਰ। ਅਸੀਂ ਇਸ ਵੇਲੇ 5 ਗੋਲੀਆਂ ਖਾਣੀਆਂ, ਕਿਹੜਾ ਸਾਨ ਜੇ 5 ਗੋਲੀਆਂ। ਉਹ ਬੰਦਾ ਕਿੱਥੇ ਜਿਹਨੇ ਗੋਲੀ ਮਾਰੀ ਸੀ? ਭੱਜ ਗਿਆ ਕੋਈ ਪੁਲਿਸ ਬਿਆਨ ਲੈਣ ਆਈ ਹੁਣ ਤੱਕ? ਫਿਰ ਪੁਲਿਸ ਬਿਆਨ ਲੈਣ ਆਈ ਹੁਣ ਤੱਕ ਕੋਈ? ਹਾਂਜੀ ਹਾਂਜੀ। ਕੀ ਕਹਿੰਦੇ ਪੁਲਿਸ ਵਾਲੇ? ਸਾਰੇ ਹੁਣ ਬਿਆਨ ਲੈ ਕੇ। ਕੋਈ ਮੌਕੇ ਦੀ ਵੀਡੀਓ ਵਗੈਰਾ ਹੈਗੀ ਹੈ, ਸੀਸੀਟੀਵੀ ਜਾਂ ਕੋਈ ਮੌਕੇ ਦੀ ਵੀਡੀਓ ਵਗੈਰਾ ਤੁਹਾਡੇ ਫੋਨ 'ਚ? ਕੋਈ ਵੀਡੀਓ ਵਗੈਰਾ ਆਈ ਹੋਵੇ, ਪਹਿਲੀ ਕੋਈ ਵੀਡੀਓ ਹੋਵੇ? ਪਹਿਲਾਂ ਸਾਡਾ ਪਿੱਛਾ ਕਰਦੀ ਤਾਂ ਹੈਗੀ। 2 ਲੇਡੀਜ਼ ਨੂੰ ਰਾਤ ਦੇ ਸਮੇਂ ਉਹਨਾਂ ਦੇ ਘਰ ਨੂੰ ਟ੍ਰੈਸਪਾਸ ਕਰਕੇ ਅੰਦਰ ਬੰਦੇ ਵੜੇ ਨੇ ਔਰ ਵਰਕ ਕੇ ਫਾਇਰ ਹੋਇਆ, ਔਰ ਉਹਨਾਂ ਲੇਡੀਜ਼ ਦਾ ਦੋਵੇਂ ਫਿਲਹਾਲ ਆਊਟ ਆਫ ਡੇਂਜਰ ਨੇ, ਔਰ ਇੱਕ ਦੀ ਸਟੇਟਮੈਂਟ ਲਿਖ ਕੇ ਉਹਨੇ ਆਪਣੇ ਪ੍ਰੋਪਰਟੀ ਡਿਸਪਿਊਟ ਚੱਲਦਾ ਆਪਣੇ ਭਰਾਵਾਂ ਦੇ ਨਾਲ ਜੀ। ਤਾਂ 2 ਭਰਾ ਨੇ, 2 ਬੰਦੇ ਹੋਰ ਨੇ, ਤਾਂ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ, ਛੇਤੀ ਬੰਦਿਆਂ ਨੂੰ ਰਾਊਂਡ ਅਪ ਕਰਕੇ ਔਰ ਜਿਹੜਾ ਯੂਜ਼ ਵੈਪਨ ਆ ਉਹ ਰਿਕਵਰ ਕੀਤਾ ਜਾਏ। ਸਰ ਆਲਮੋਸਟ ਕਿੰਨੇ ਕੁ ਫਾਇਰ ਹੋਏ ਗਏ? ਆਲਮੋਸਟ ਜੋ ਹਾਲਾਤ ਲੱਗਦੇ ਨੇ ਉੱਤੇ ਦੇਖ ਕੇ ਸਾਰਾ ਕੁਛ, ਕਿ 4 ਤੋਂ ਜ਼ਿਆਦਾ ਫਾਇਰ ਹੋਏ ਨੇ, 4 ਫਾਇਰ, 4 ਤੋਂ ਪਲੱਸ ਹੋ ਸਕਦੇ। ਦੋਨੋਂ ਸਿਸਟਰ ਨੇ ਕੀ ਨਾਮ ਇਹਨਾਂ? ਦੋਵੇਂ ਸਿਸਟਰਸ ਨੇ, ਪਰਮਜੀਤ ਕੌਰ ਅਤੇ ਕੁਲਵਿੰਦਰ, ਇੱਕ ਮੈਰਿਡ ਹੈ ਜੀ ਔਰ ਇੱਕ ਅਨਮੈਰਿਡ। ਕਿੰਨੇ ਕਿੰਨੇ ਗਨ ਸ਼ਾਟ ਲੱਗੇ ਉਹਨਾਂ ਨੂੰ? ਦੋਵਾਂ ਦੇ ਅਪਰੋਕਸੀਮੇਟਲੀ ਐਂ ਲੱਗਦਾ ਕਿ ਜਿਵੇਂ ਦੋਵਾਂ ਦੇ 2-2 ਸ਼ਾਟਸ ਨੇ। ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਐਫ ਆਈ ਆਰ ਦਿੱਤੀ ਹੈ ਜੀ, 307 ਲੱਖ ਐਫ ਆਈ ਆਰ ਦਿੱਤੀ ਉਹਨਾਂ ਦੀ ਸਟੇਟਮੈਂਟ 'ਤੇ। 4 ਬੰਦੇ ਬਾਈ ਨੇਮ ਉਹਨਾਂ ਨੇ ਲਿਖਵਾਤੇ ਨੇ ਜੀ, ਔਰ ਉਹਨਾਂ ਨੂੰ ਅਸੀਂ ਜਲਦੀ ਵਾਈਂਡ ਅਪ ਕਰਕੇ ਉਹਨਾਂ ਨੂੰ ਰਾਊਂਡ ਅਪ ਕਰ ਲਵਾਂਗੇ ਔਰ ਜਿਹੜਾ ਵੈਪਨ ਯੂਜ਼ ਹੋਇਆ ਉਹ ਰਿਕਵਰ ਕਰ ਲਵਾਂਗੇ। ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਯੂਥ ਕਾਂਗਰਸ ਦੇ ਵੱਲੋਂ ਵਧਦੀ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੀਜੇਪੀ ਵਰਕਰ ਤੇ ਯੂਥ ਕਾਂਗਰਸੀ ਵਰਕਰ ਆਮੋ ਸਾਹਮਣੇ ਹੁੰਦੇ ਨਜ਼ਰ ਆਏ ਨੇ। ਭਾਰਤੀ ਜਨਤਾ ਪਾਰਟੀ ਅਤੇ ਯੂਥ ਕਾਂਗਰਸ ਦੇ ਆਗੂਆਂ ਦੇ ਵਿਚਾਲੇ ਜ਼ਬਰਦਸਤ ਝੜਪ ਹੋਈ ਹੈ। ਝੜਪ ਦੇ ਦੌਰਾਨ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਪੁਲਿਸ ਦੀ ਹਾਜ਼ਰੀ ਦੇ ਵਿੱਚ ਸਾਰਾ ਡਰਾਮਾ ਹੁੰਦਾ ਰਿਹਾ। ਸੂਤਰਾਂ ਦੇ ਮੁਤਾਬਿਕ ਕਾਂਗਰਸ ਵਰਕਰ ਅੱਜ ਵਧਦੀ ਮਹਿੰਗਾਈ ਨੂੰ ਲੈ ਕੇ ਘੰਟਾ ਘਰ ਚੌਂਕ ਦੇ ਵਿਖੇ ਭਾਜਪਾ ਦੇ ਦਫ਼ਤਰ ਨੂੰ ਤਾਲਾ ਲਾਉਣ ਦੇ ਲਈ ਪਹੁੰਚੇ ਸਨ, ਜਿੱਥੇ ਬੀਜੇਪੀ ਵਰਕਰ ਵੀ ਮੌਕੇ ਤੇ ਮੌਜੂਦ ਸਨ। ਦੋਹਾਂ ਵਿਚਕਾਰ ਝੜਪ ਹੋਈ, ਹਾਲਾਤ ਤਣਾਅਪੂਰਨ ਬਣੇ। ਪੁਲਿਸ ਦੇ ਵੱਲੋਂ ਹਾਲਾਤ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਪ੍ਰਦਰਸ਼ਨ ਦੇ ਵਿੱਚ ਇੱਕ ਵਰਕਰ ਵੀ ਜ਼ਖਮੀ ਹੋਇਆ। ਕਾਂਗਰਸੀ ਵਰਕਰਾਂ ਦੇ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਹਨਾਂ ਦਾ ਭਾਜਪਾ ਵਰਕਰਾਂ ਦੇ ਨਾਲ ਟਕਰਾਅ ਹੋ ਗਿਆ। ਟਕਰਾਅ ਇੰਨਾ ਜ਼ਿਆਦਾ ਵੱਧ ਗਿਆ ਕਿ ਦੋਹਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਪਥਰਾਅ ਕੀਤਾ ਗਿਆ। ਦੋਵੇਂ ਧਿਰਾਂ ਆਮੋ ਸਾਹਮਣੇ ਹੋਈਆਂ ਤਾਂ ਹਾਲਾਤ ਤਣਾਅਪੂਰਨ ਬਣ ਗਏ ਸਨ। ਰਾਮਾ ਮੰਡੀ ਦੇ ਵਾਰਡ ਨੰਬਰ 9 ਨੇੜੇ ਟੈਲੀਫੋਨ ਐਕਸਚੇਂਜ ਏਰੀਏ ਦੇ ਵਿੱਚ ਰਹਿ ਰਹੇ ਵਾਸੀਆਂ ਨੇ ਗੰਦੇ ਨਾਲੇ ਦੇ ਸੀਵਰੇਜ ਲੀਕੇਜ ਕਾਰਨ ਖੜੇ ਗੰਦੇ ਪਾਣੀ ਤੋਂ ਦੁਖੀ ਹੋ ਕੇ ਨਗਰ ਕੌਂਸਲ ਰਾਮਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਨਗਰ ਕੌਂਸਲ ਰਾਮਾ ਖਿਲਾਫ ਰੋਸ ਜ਼ਾਹਰ ਕਰਦਿਆਂ ਵਾਰਡ ਵਾਸੀ ਡਾਕਟਰ ਅਜੈਬ ਸਿੰਘ, ਸੁਖਵੰਤ ਸਿੰਘ ਕਾਲਾ ਆਦਿ ਨੇ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਦੇ ਕਰਮਚਾਰੀ ਗੰਦੇ ਪਾਣੀ ਦੀਆਂ ਟੈਂਕੀਆਂ ਭਰ ਭਰ ਕੇ ਉਹਨਾਂ ਦੇ ਘਰਾਂ ਦੇ ਕੋਲ ਡੋਲ ਦਿੰਦੇ ਨੇ, ਜਿਸ ਕਾਰਨ ਇਹ ਮੁਹੱਲਾ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦੀ ਬਦਬੂ ਮਾਰ ਰਹੀ ਹੈ, ਇੱਥੇ ਰਹਿਣਾ ਮੁਸ਼ਕਿਲ ਹੋ ਚੁੱਕਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੰਦੇ ਨਾਲੇ ਦੇ ਕੋਲ ਸੀਵਰੇਜ ਦੀ ਪਾਈਪ ਟੁੱਟੀ ਹੋਈ ਹੈ, ਜਿਸ ਕਾਰਨ ਗੰਦੇ ਨਾਲੇ ਦਾ ਪਾਣੀ ਵੀ ਉਹਨਾਂ ਦੇ ਘਰਾਂ ਦੇ ਕੋਲ ਖੜਾ ਹੋ ਜਾਂਦਾ ਹੈ, ਜਿਸ ਕਾਰਨ ਇੱਥੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਇਸ ਸਮੱਸਿਆ ਸੰਬੰਧੀ ਕਈ ਵਾਰ ਲਿਖਤੀ ਸ਼ਿਕਾਇਤਾਂ ਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ, ਪਰੰਤੂ ਅਜੇ ਤੱਕ ਕੋਈ ਵੀ ਉਹਨਾਂ ਦੀ ਸੁਣਵਾਈ ਨਹੀਂ ਹੋਈ ਹੈ। ਵਾਰਡ ਵਾਸੀਆਂ ਨੇ ਨਗਰ ਕੌਂਸਲ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਰਾਮਾ ਤੋਂ ਮੰਗ ਕੀਤੀ ਹੈ ਕਿ ਮੁਹੱਲਾ ਵਾਸੀਆਂ ਦੀ ਇਸ ਸਮੱਸਿਆ ਤੋਂ ਉਹਨਾਂ ਨੂੰ ਨਿਜਾਤ ਦਵਾਈ ਜਾਏ। ਨਵਾਂ ਜੀ ਸਾਡਾ, ਸਾਨੂੰ ਸਰ ਸਮੱਸਿਆ ਬਹੁਤ ਆ ਰਹੀ ਹੈ ਜੀ ਪਾਣੀ ਦੀ, ਇੱਥੇ ਪਾਣੀ ਦੇ ਬਦਬੋ ਮਾਰਦੀ ਹੈ, ਰੋਟੀ ਖਾਣੀ ਸਾਨੂੰ ਬਹੁਤ ਔਖੀ ਹੋਈ ਪਈ ਹੈ ਜੀ, ਬਹੁਤ ਮੁਸ਼ਕਿਲ ਹੈ ਜੀ। ਇਹ ਜਿਹੜਾ ਸੀਵਰੇਜ ਦਾ ਪਾਣੀ ਹੈ ਜੀ, ਇਹ ਬਾਜ਼ਾਰ ਦੇ ਵਿੱਚੋਂ ਟੈਂਕੀਆਂ ਭਰ ਭਰ ਇੱਥੇ ਡੋਲ ਰਹੇ ਨੇ ਜੀ, ਅੱਗੇ ਤੋਂ ਪਾਈਪਾਂ ਬਲੌਕ ਹੋਈਆਂ ਪਈਆਂ ਜੀ, ਕੋਈ ਹੱਲ ਨਹੀਂ ਕਰ ਰਹੇ ਜੀ।
ਅਸੀਂ ਨਗਰ ਕੌਂਸਲ ਨੂੰ 5-7 ਵਾਰੀ ਬੇਨਤੀ ਕਰ ਚੁੱਕੇ ਹਾਂ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਇਹ ਜੀ ਸਮੱਸਿਆ ਜਿਹੜੀ ਜੀ ਇੱਥੇ ਨਾ ਜੀ ਗੰਦੇ ਨਾਲੇ ਦਾ ਪਾਣੀ ਹੈ ਜੀ, ਬਾਜ਼ਾਰ ਦੇ ਵਿੱਚੋਂ ਸੀਵਰੇਜ ਦੀਆਂ ਟੈਂਕੀਆਂ ਭਰ ਭਰ ਜੀ ਇੱਥੇ ਡੁੱਲੀ ਜਾਂਦੇ ਆ ਜੀ, ਇੱਥੇ ਸਾਨੂੰ ਬਹੁਤ ਵੱਡੀ ਦਿੱਕਤ ਆਈ ਜਾਂਦੀ ਹੈ ਜੀ। ਜਿੰਨਾ ਹੈਗਾ ਜੀ ਪਾਣੀ ਇੱਥੇ ਘੱਟੋ ਘੱਟ 3-3 ਫੁੱਟ ਪਾਣੀ ਖੜ੍ਹਾ ਜੀ, ਅਤੇ ਇੱਥੋਂ ਸਾਨੂੰ ਬਿਮਾਰੀਆਂ ਦਾ ਜੀ ਹੋਰ ਇੱਥੇ ਹਰੇਕ ਤਰ੍ਹਾਂ ਦੀ ਦਿੱਕਤ ਆਈ ਜਾਂਦੀ ਹੈ। ਮਕਾਨਾਂ ਨਾਲ ਪਾਣੀ ਲੱਗਿਆ ਪਿਆ ਵਾ 2-2 ਫੁੱਟ, ਬਹੁਤ ਜ਼ਿਆਦਾ ਗੰਦੀ ਸਮੈਲ ਮਾਰ ਰਹੀ ਆ। ਜਿੰਨੇ ਇੱਥੇ ਆਂਢ ਗੁਆਂਢ ਆਈ ਸਾਰਾ ਦੁਖੀ ਹੋਇਆ ਪਿਆ। ਅਸੀਂ ਨਗਰ ਕੌਂਸਲ ਨੂੰ, ਈਓ ਸਾਹਿਬ ਨੂੰ, ਜੇਈ ਸਾਹਿਬ ਨੂੰ, ਪ੍ਰਧਾਨ ਜੀ ਨੂੰ ਘੱਟੋ ਘੱਟ 5-5 ਵਾਰੀ ਤਾਂ ਐਪਲੀਕੇਸ਼ਨ, 10 ਵਾਰੀ ਊਂਜਾ ਆਏ ਇਹਨਾਂ ਕੋਲ, ਇਹਨਾਂ ਦੀ ਕੋਈ ਸੁਣਾਈ ਨਹੀਂ ਜੀ। ਕਾਂਗਰਸ ਸਰਕਾਰ ਕਹਿੰਦੀ ਅਸੀਂ ਵਿਕਾਸ ਕੀਤਾ, ਜਿਹੜਾ ਕਹਿੰਦਾ ਇਹਨਾਂ ਦਾ ਹਲਕਾ ਇੰਚਾਰਜ ਟਟਾਣਾ ਸਾਹਿਬ ਸਾਡੇ ਇੱਥੇ ਆ ਕੇ ਦੇਖੇ ਕੀ ਹਾਲ ਹੋਇਆ ਪਿਆ ਜੀ। ਅਸੀਂ ਮੰਗ ਕਰਦੇ ਹਾਂ ਜੀ ਇੱਥੋਂ ਸਾਡਾ ਪਾਣੀ ਸਾਫ਼ ਕੀਤਾ ਜਾਵੇ ਜੀ। ਇਹ ਜਾਣ ਬੁੱਝ ਕੇ ਕੁਛ ਬੰਦੇ ਹੈਗੇ ਜਿਹੜੇ ਪਾਣੀ ਇੱਧਰ ਜਾਣ ਬੁੱਝ ਕੇ ਛੱਡਦੇ ਆ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜੀ ਵੀ ਆਪਦਾ ਮੁਲਾਜ਼ਮ ਉਹਨਾਂ ਨੂੰ ਕਹਿਣ ਵੀ ਇਹ ਪਾਣੀ ਨਾ ਛੱਡਣ ਜੀ। ਅੱਜ ਕੱਲ ਦੇਖੋ ਡੇਂਗੂ ਵਗੈਰਾ ਫੈਲਣ ਡਰ ਹੈ, ਬਿਮਾਰੀਆਂ ਦਾ ਵੀ ਡਰ ਬਹੁਤ ਡਰ ਹੈ ਇਹਨਾਂ ਦਾ, ਤੇ ਸਾਰੇ ਸਾਡੇ ਜਿਹੜੀ ਵਾਰਡ ਦੀ ਹੈ ਸਮੱਸਿਆ ਹੈ ਬਹੁਤ ਜ਼ਿਆਦਾ ਹੈ। ਤੁਸੀਂ ਕੋਈ ਬੰਦਾ ਇੱਥੇ ਖੜ ਕੇ ਦੇਖੋ 10 ਮਿੰਟ ਖੜੇ ਨਹੀਂ ਜਾਂਦਾ, ਅਤੇ ਅਸੀਂ ਇਹ ਆਖਦੇ ਵੀ ਇਹਨੂੰ ਜਾਂ ਤਾਂ ਇਹਨੂੰ ਪਾਣੀ ਦਾ ਕੋਈ ਇਹਦਾ ਹੱਲ ਕੀਤਾ ਜਾਵੇ, ਇਹਨੂੰ ਬਾਹਰ ਕੱਢਿਆ ਜਾਵੇ ਜਾਂ ਕੋਈ ਇਹਦਾ ਪਰਮਾਨੈਂਟ ਹੱਲ ਕੀਤਾ ਜਾਵੇ। ਜਦੋਂ ਮੀਂਹ ਆਉਂਦਾ ਹੈ ਉਦੋਂ ਹੀ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ। ਬਾਵਾ ਚਿਰ ਹੋ ਗਿਆ ਜੀ। ਕਿੱਥੋਂ ਆ ਰਿਹਾ ਪਾਣੀ ਪਤਾ ਲੱਗਿਆ ਕੁਛ? ਇਹ ਸੀਵਰ ਦਾ ਆ ਰਿਹਾ ਜੀ। ਟੈਂਕੀਆਂ ਭਰ ਕੇ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ, ਪ੍ਰਸ਼ਾਸਨ ਤੋਂ? ਵੀ ਇਹ ਪਾਣੀ ਦਾ ਹੱਲ ਹੋਵੇ ਕਿਸੇ ਪਾਸੇ।